Oh,
झूठे झूठा जो ना बिचारे झूठा जो ना जो सब में एक खुदा कहते हो जो सब में देह
कहो पाक नहीं सूझया
발음 나자. 아 그래 지효 안내야 몰라 따도 몰라 따도까지 전에 남 후다이 따도 몰라 따도까지 전에 남 후다이 ਕੁਦਰਤੀ ਲੜੀਵਾਰ ਸਾਹਮਣੇ ਆ ਕੇ ਇਹਦੀ ਪਹਿਲੀ ਲਾਈਨ ਵਿੱਚ ਹੀ ਇੱਕ ਮਸਲਾ ਹੈ ਜਿਹੜਾ ਜੇ ਸੁਲਝਾਇਆ ਨਾ ਜਾਏ ਤਾਂ ਉਲਝਣ ਵਿੱਚ ਪਾ ਦਿੰਦਾ ਹੈ ਨਵੇਂ ਨਵੇਂ ਸ਼ੰਕੇ ਖੜੇ ਹੋ ਜਾਂਦੇ ਨੇ ਉਹ ਲਫ਼ਜ਼ ਹੈ ਵਿਚਾਰ ਵਿਚਾਰ ਬਾਬਾ ਕਬੀਰ ਜੀ ਨੇ ਬੜੀ ਵਿਸ਼ਾਲਤਾ ਨਾਲ ਇਹ ਲਫ਼ਜ਼ ਵਰਤੇ ਹੈ ਵੇਦ ਕਤੇ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ ਵਿਚਾਰ ਤੋਂ ਖਾਲੀ ਮਨੁੱਖ ਰਾਹ ਚੱਲਦਾ ਚੱਲਦਾ ਭੁੱਲ ਜਾਂਦਾ ਹੈ ਇੱਥੇ ਰੁਕਣਾ ਚਾਹੁੰਦਾ ਇਹਦੇ ਨਾਲ ਸੰਬੰਧਿਤ ਦੋ ਚਾਰ ਲਾਈਨਾਂ ਜਿਹੜੀਆਂ ਨੇ ਦੋ ਤਿੰਨ ਲਾਈਨਾਂ ਉਹ ਜੇ ਨਾ ਸਮਝੀਆਂ ਤਾਂ ਉਲਝ ਜਾਵਾਂਗੇ ਆਪਾਂ ਜਦੋਂ ਅੰਮ੍ਰਿਤ ਦੇ ਸੰਬੰਧ ਵਿੱਚ ਬੋਲ ਰਹੇ ਸਾਂ ਉਹਦੇ ਵਿੱਚ ਮੀਟ ਸੰਬੰਧੀ ਆਪਸੀ ਇਖਤਲਾਫ ਕੁਛ ਵਿਚਾਰਾਂ ਦਾ ਸਾਹਮਣੇ ਆਇਆ ਚੱਲਦਾ ਰਿਹਾ ਹੁਣ ਇੱਕ ਗੱਲ ਦੇਖਣੀ ਹੈ ਜਿਹੜੇ ਨਾ ਖਾਣ ਵਾਲੇ ਨੇ ਉਹ ਬਾਬਾ ਕਬੀਰ ਜੀ ਦੀ ਇਸ ਲਾਈਨ ਨੂੰ ਅਕਸਰ ਕੋਟ ਕਰਦੇ ਉਹ ਸਮਝਦੇ ਨੇ ਵੀ ਬੜੀ ਸਾਡੇ ਹੱਥ ਵਿੱਚ ਕਹਿੰਦੇ ਜੀ ਵੇਖੋ ਬਾਬਾ ਕਬੀਰ ਜੀ ਨੇ ਆਖਿਆ ਜੋ ਸਭ ਮੈਂ ਖੁਦਾਏ ਕਹਿ ਤੋ ਕਿਉਂ ਮੁਰਗੀ ਮਾਰੀ ਜੇ ਰੱਬ ਸਾਰਿਆਂ ਵਿੱਚ ਵਸਦਾ ਹੈ ਤਾਂ ਮੁਰਗੀ ਨੂੰ ਕਿਉਂ ਮਾਰਦੇ ਕਿਉਂਕਿ ਇੱਕ ਲਾਈਨ ਪੜ੍ਹੀ ਹੈ ਵਿਚਾਰੀ ਨੇ ਸ਼ਬਦ ਨਹੀਂ ਵਿਚਾਰੇ ਉਹ ਓਨੀ ਕੁ ਲਾਈਨ ਜਿਹੜੀ ਉਹਨਾਂ ਨੂੰ ਕੰਮ ਦੀ ਸੀ ਉਹਨਾਂ ਨੇ ਓਨੀ ਕੁ ਫੜ ਲਈ ਸਵਾਲੀਆ ਫਿਕਰਾਂ ਬਣਾ ਲਿਆ ਕਿ ਵੇਖੋ ਬਾਬਾ ਕਬੀਰ ਜੀ ਆਖ ਰਹੇ ਨੇ ਜੇ ਰੱਬ ਸਾਰਿਆਂ ਵਿੱਚ ਵਸਦਾ ਤਾਂ ਮੁਰਗੇ ਨੂੰ ਕਿਉਂ ਮਾਰਦੇ ਗੱਲ ਜੇ ਇੰਨੀ ਕੁ ਲਾਈਨ ਨੂੰ ਦੇਖੀਏ ਫਿਰ ਗੱਲ ਬਣਦੀ ਹੈ ਉਹਨਾਂ ਦੀ ਪਰ ਇੱਕ ਖਿਆਲ ਕਰਿਓ ਜੇ ਸ਼ਬਦ ਨਹੀਂ ਵਿਚਾਰਾਂਗੇ ਇਹ ਗੱਲ ਇਹੋ ਹੀ ਗੱਲ ਜਿਹੜੀ ਉਲਝਣ ਬਣ ਜਾਏਗੀ ਕਿਉਂ ਕਹਿਣੀ ਪਈ ਕਿਵੇਂ ਕਹੀ ਆਪ ਜੀ ਨੂੰ ਯਾਦ ਹੋਵੇਗਾ ਕਿਉਂਕਿ ਪਿਛਲੀਆਂ ਕੁਛ ਸਬਜੈਕਟ ਆਏ ਹੋਏ ਰੋਜ਼ਾਨਾ ਦੇ ਸਤਸੰਗ ਵਿੱਚ ਆਉਣ ਵਾਲੇ
ਵੀਰਾਂ ਨੂੰ ਭੈਣਾਂ ਨੂੰ ਯਾਦ ਹੋਣੇ ਚਾਹੀਦੇ ਨੇ, ਸਾਡਾ ਮਕਸਦ ਵੀ ਇਹੋ ਹੀ ਹੈ। ਅਤੇ ਜੇ ਆਪਾਂ ਰੋਜ਼ ਹੀ ਕਣ ਰਸ ਵਾਂਗੂ ਆਈਏ ਸੁਣ ਕੇ ਚਲੇ ਜਾਈਏ ਪਿਛਲੀ ਗੱਲ ਭੁੱਲ ਜਾਏ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਐਸੀ ਸੰਪੂਰਨ ਲੜੀ ਹੈ ਜਿਨ ਦੇ ਵਿੱਚ ਇੱਕ ਦੂਜੇ ਨੂੰ ਜੋੜ ਕੇ ਗੱਲ ਸਪਸ਼ਟ ਹੁੰਦੀ। ਉਹਦੇ ਵਿੱਚ ਆਪ ਜੀ ਨੂੰ ਯਾਦ ਹੋਏਗਾ, ਮੈਂ ਇੱਕ ਗੱਲ ਕਹੀ ਸੀ, ਅੱਜ ਵੀ ਟੇਪਾਂ ਮੌਜੂਦ ਨੇ, ਉਸ ਵਕਤ ਦੀਆਂ ਟੇਪਾਂ ਮੌਜੂਦ ਨੇ, ਸੁਣ ਸਕਦੇ ਹੋ, ਯਾਦ ਕਰ ਲਿਓ। ਉਹਦੇ ਵਿੱਚ ਮੈਂ ਇੱਕ ਗੱਲ ਸਪਸ਼ਟ ਕੀਤੀ ਸੀ ਕਿ ਗੱਲ ਮਾਸ ਖਾਣ ਦੀ ਜਾਂ ਨਾ ਖਾਣ ਦੀ ਨਹੀਂ, ਗੱਲ ਇਹ ਹੈ ਕਿ ਮਾਸ ਨੂੰ ਪੁੰਨ ਪਾਪ ਸਮਝ ਕੇ ਇਹਨੂੰ ਧਰਮ ਦਾ ਹਿੱਸਾ ਬਣਾਉਣਾ, ਇਹ ਗੱਲ ਆਪ ਜੀ ਨੂੰ ਯਾਦ ਹੋਏਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹਨੂੰ ਭੋਜਨ ਦੀ ਗਿਣਤੀ ਵਿੱਚ ਤਾਂ ਰੱਖਿਆ, ਰਸਾਂ ਦੀ ਗਿਣਤੀ ਵਿੱਚ ਰੱਖਿਆ, ਰਸ ਮਿੱਠਾ ਰਸ ਮਾਸ ਕਹਿਦਾ ਗੁਰਬਾਣੀ ਵਿੱਚ ਆਇਆ ਹੈ, ਵਾਰ ਵਾਰ ਆਇਆ, ਪਰ ਇਹਨੂੰ ਧਰਮ ਦਾ ਹਿੱਸਾ ਨਹੀਂ ਰੱਖਿਆ। ਹੁਣ ਦੇਖਣਾ ਇਹ ਕਿਉਂ ਨਹੀਂ ਰੱਖਿਆ, ਬਾਬਾ ਕਬੀਰ ਜੀ ਦੇ ਇਸ ਲਾਈਨ ਨੂੰ ਸਾਹਮਣੇ ਰੱਖ ਕੇ ਜਦੋਂ ਅਸੀਂ ਬਾਚਾਂ ਦੇ ਸਾਡਾ ਉਹ ਭੁਲੇਖਾ ਦੂਰ ਹੋਇਆ, ਕਿਉਂ ਨਹੀਂ ਰੱਖਿਆ? ਕਿਉਂਕਿ ਹਿੰਦੂ ਨੇ ਤੇ ਮੁਸਲਮਾਨ ਨੇ ਦੋਹਾਂ ਨੇ ਇਹਨੂੰ ਧਰਮ ਦਾ ਹਿੱਸਾ ਰੱਖਿਆ। ਗੁਰੂ ਨੇ ਧਰਮ ਦਾ ਹਿੱਸਾ ਨਹੀਂ ਰੱਖਿਆ। ਤੇ ਮੈਂ ਇੱਕ ਐਗਜ਼ਾਮਪਲ ਵੀ ਦਿੱਤੀ ਸੀ, ਜਦੋਂ ਹਿੰਦੂ ਤੇ ਮੁਸਲਮਾਨ ਦੋਹਾਂ ਦੀ ਵਿਚਾਰਧਾਰਾ ਦਾ ਮਸਲਾ ਹੈ, ਉਹ ਵੇਦਾਂ ਤੇ ਖੜਾ ਹੈ, ਉਹ ਕੁਰਾਨ ਤੇ ਖੜਾ ਹੈ। ਉਹ ਵੀ ਕਹਿੰਦੇ ਨੇ ਅੱਲਾਹ ਦੇ ਨਾਮ ਤੇ ਖੁਦਾ ਦੇ ਨਾਮ ਤੇ ਬਲੀ ਦੇਣੀ ਹੈ, ਉਹ ਜਾਨਵਰ ਨੂੰ ਮਾਰਨਾ ਖੁਦਾ ਦੇ ਨਾਮ ਤੇ ਬਲੀ ਦਿੰਦਾ ਹੈ, ਖਾਂਦਾ ਆਪ ਹੈ, ਪਰ ਉਹਨੂੰ ਪਵਿੱਤਰ ਸਾਬਤ ਕਰਨ ਲਈ, ਪਾਕ ਤੇ ਪਵਿੱਤਰ ਸਾਬਤ ਕਰਨ ਲਈ ਖੁਦਾ, ਕਿਉਂਕਿ ਪਾਕ ਹੈ, ਉਹਨੂੰ ਪ੍ਰਵਾਨ ਹੋ ਜਾਏ ਤੇ ਫਿਰ ਉਹ ਮਾਸ ਮੇਰੇ ਲਈ ਪਾਪ ਹੋ ਜਾਏਗਾ, ਇਸ ਲਈ ਉਹ ਬਲੀ ਦਿੰਦਾ। ਤੇ ਹਿੰਦੂ ਵੀ ਬਲੀ ਦਿੰਦਾ ਦੇਵੀ ਦੇਵਤਿਆਂ ਦੇ ਸਾਹਮਣੇ, ਅੱਜ ਵੀ ਮੰਦਰਾਂ ਵਿੱਚ ਬਲੀ ਦਿੱਤੀ ਜਾਂਦੀ ਹੈ। ਉਹ ਗੱਲ ਚਲਦੀ ਚਲਦੀ ਸਾਡੇ ਗੁਰਦੁਆਰਿਆਂ ਵਿੱਚ ਵੀ ਹਜ਼ੂਰ ਸਾਹਿਬ ਵਿੱਚ ਆ ਗਈ, ਉੱਥੇ ਗੁਰਦੁਆਰੇ ਦੇ ਅੰਦਰ ਬਲੀ ਦਿੰਦੇ ਨੇ। ਵੇਦਾਂ ਨੇ ਵੀ ਬਲੀ ਦੇਣ ਲਈ ਕਹਿ ਦਿੱਤਾ, ਉਹ ਵੀ ਸੰਸਕ੍ਰਿਤੀ ਦੇ ਸ਼ਬਦ ਸਲੋਕ ਪੜ੍ਹਦੇ ਨੇ ਤੇ ਬਲੀ ਦਿੰਦੇ ਨੇ, ਤੇ ਕੁਰਾਨ ਨੇ ਵੀ ਬਲੀ ਦੇਣ ਦਾ ਸਵਾਲ ਖੜਾ ਕਰ ਦਿੱਤਾ। ਹੁਣ ਇਹ ਵਿਚਾਰ ਇੱਕ ਪਾਸੇ ਮੁੱਲਾਂ ਕੋਲ ਹੈ, ਇੱਕ ਪਾਸੇ ਬ੍ਰਾਹਮਣ ਕੋਲ ਹੈ। ਹੁਣ ਬਾਬਾ ਕਬੀਰ ਜੀ ਦਾ ਇੱਕ ਹੋਰ ਸ਼ਬਦ ਹੈ, ਉਹਦੇ ਵਿੱਚ ਲਫ਼ਜ਼ ਨੇ ਦੇਵੀ ਦੇਵਤਿਆਂ ਦੇ ਨਾਮ ਤੇ ਦੇ ਰਿਹਾ, ਦੋਹਾਂ ਨੇ ਧਰਮ ਦਾ ਹਿੱਸਾ
ਬਣਾ ਲਿਆ। ਮੈਂ ਪਰਸ ਕੀਤੀ ਸੀ ਇਸੇ ਲਈ ਉਦੋਂ ਯਾਦ ਹੋਏਗਾ ਕਿ ਗੁਰੂ ਨੇ ਇਹਨੂੰ ਧਰਮ ਦਾ ਹਿੱਸਾ ਨਹੀਂ ਬਣਾਇਆ, ਕੋਈ ਖਾਏ ਨਾ ਖਾਏ ਭੋਜਨ। ਇਸੇ ਲਈ ਮੈਂ ਕਿਹਾ ਉਹ ਵੀ ਕੁਰਾਨ ਦੀਆਂ ਆਦਤਾਂ ਪੜ੍ਹਦੇ ਨੇ, ਉਹ ਵੀ ਸੰਸਕ੍ਰਿਤੀ ਦੇ ਸਲੋਕ ਪੜ੍ਹਦੇ ਨੇ, ਪਰ ਸਿੱਖ ਲਈ ਕੋਈ ਹੁਕਮ ਨਹੀਂ ਕਿ ਉਹ ਜਦੋਂ ਝਟਕਾ ਕਰੇ ਉਹ ਵੀ ਜਪਜੀ ਸਾਹਿਬ ਦਾ ਪਾਠ ਕਰੇ, ਕੋਈ ਮਸਲਾ ਨਹੀਂ। ਕਿਉਂਕਿ ਧਰਮ ਦਾ ਹਿੱਸਾ ਹੈ ਵੀ ਅਸੀਂ ਧਰਮ ਦਾ ਹਿੱਸਾ ਬਣਾ ਕੇ ਲੜੀ ਜਾਂਦੇ, ਇਖਤਲਾਫ ਹੋਈ ਜਾਂਦੇ, ਝਗੜੇ ਹੋਈ ਜਾਂਦੇ। ਹੁਣ ਇੱਥੇ ਦੇਖਣਾ ਬਾਬਾ ਕਬੀਰ ਕਿਸ ਢੰਗ ਨਾਲ ਹੈ ਇਸ ਗੱਲ ਨੂੰ ਸਪਸ਼ਟ ਕਰਦੇ। ਪਹਿਲਾਂ ਤਾਂ ਇੱਕ ਗੱਲ ਸਮਝਿਓ ਵੀ ਇਹ ਸ਼ਬਦ ਜਿਹੜਾ ਹੈ ਕੇਵਲ ਮੁਰਗੀ ਤੇ ਮਾਰਨ ਤੇ ਮਾਸ ਤੇ ਹੀ ਨਹੀਂ ਆਖਿਆ ਗਿਆ। ਅਗਰ ਸਾਰਾ ਸ਼ੋਪੜ ਜਿੰਨਾ ਕਰਮ ਕਾਂਡ ਮੁੱਲਾਂ ਦੇ ਘਰ ਵਿੱਚ ਆਇਆ, ਜੋ ਜੋ ਕੰਮ ਮੁੱਲਾ ਕਰ ਰਿਹਾ ਬਲੀ ਤੋਂ ਲੈ ਕੇ ਮੂੰਹ ਧੋਣ ਦਾ, ਉਲੂ ਸਾਜਣ ਦਾ, ਮਸੀਤ ਜਾ ਕੇ ਮਸੀਤੇ ਜਾ ਕੇ ਇਬਾਦਤ ਕਰਨ ਦਾ, ਸਿਰ ਝੁਕਾਉਣ ਦਾ, ਨਿਮਾਜ਼ ਪੜ੍ਹਨ ਦਾ, ਇਹ ਸਾਰੇ ਕੰਮ ਜਿਨ੍ਹਾਂ ਵਿੱਚ ਉਹ ਸਮਝਦਾ ਵੀ ਮੈਂ ਖੁਦਾਵੰਦ ਨੂੰ ਖੁਸ਼ ਕਰ ਲਵਾਂ ਤੇ ਮੈਨੂੰ ਬਹਿਸ਼ਤ ਮਿਲੇਗਾ, ਉਹ ਬਲੀ ਵੀ ਦਿੰਦਾ, ਆਪਣੇ ਆਪ ਨੂੰ ਪਾਕ ਪਵਿੱਤਰ ਵੀ ਕਰਦਾ, ਜੇ ਹੱਜ ਕਾਬੇ ਦੀ ਜ਼ਿਆਰਤ ਵੀ ਕਰਦਾ, ਤੇ ਉਹ ਸਾਰਾ ਕੁਝ ਧਰਮ ਦਾ ਹਿੱਸਾ ਰੱਖ ਕੇ ਉਹਦੇ ਪਿੱਛੇ ਉਹਦਾ ਕਿਆਫਾ ਹੁੰਦਾ ਕਿ ਜੇ ਇਹੋ ਜਿਹੇ ਕੰਮ ਕੀਤੇ ਜਾਣ ਤਾਂ ਮੈਨੂੰ ਬਹਿਸ਼ਤ। ਉਹ ਸਵਰਗ ਕਹਿੰਦਾ ਸੀ ਇਹ ਬਹਿਸ਼ਤ ਕਹਿੰਦਾ, ਹੁਣ ਮੁਖਾਤਬ ਕਰ ਰਹੇ ਨੇ ਬਾਬਾ ਕਬੀਰ ਮੁੱਲਾ ਨੂੰ। ਤੇ ਲਫ਼ਜ਼ ਕੀ ਕਹਿੰਦੇ ਨੇ, ਕੇਵਲ ਇਹ ਇਸ ਲਾਈਨ ਨੂੰ ਨਹੀਂ ਸਾਰੇ ਸ਼ਬਦ ਨੂੰ ਪੜ੍ਹਨਾ। ਕਹਿੰਦੇ ਨੇ ਮੈਂ ਦੇਖਦਾ ਕਿ ਤੂੰ ਬਹਿਸ਼ਤ ਲਈ, ਤੂੰ ਬਹਿਸ਼ਤ ਲਈ ਕੀ ਕੁਝ ਕਰ ਰਿਹਾ, ਤੇ ਭਰਮ ਵਿੱਚ ਰਹਿ ਕੇ ਬਿਨਾਂ ਸਮਝੇ ਬਿਨਾਂ ਵਿਚਾਰੇ ਕਰ ਰਿਹਾ। ਕਿਉਂਕਿ ਜਿੰਨਾ ਵੀ ਤੂੰ ਕੁਰਾਨ ਪੜ੍ਹਨਾ, ਕਿਉਂਕਿ ਵੇਦ ਤੇ ਕੁਰਾਨ ਦੋ ਵੱਖ, ਵੇਦਾਂ ਦੇ ਨਾਲ ਪੁਰਾਣ, ਪੁਰਾਣ ਕਹਿੰਦੇ ਨੇ ਵੇਦਾਂ ਤੋਂ ਬਾਅਦ ਦੇ ਜਿਹੜੇ ਗ੍ਰੰਥ ਨੇ, ਤੇ ਉੱਧਰ ਕੁਰਾਨ ਦੇ ਨਾਲ ਕਤੇਬ ਨੇ, ਜਿਵੇਂ ਵੇਦ ਦੇ ਨਾਲ ਪੁਰਾਣ, ਕਤੇਬ ਦੇ ਨਾਲ ਕੁਰਾਨ। ਵੇਦ ਕਤੇਬ ਕਹੋ ਮਤ ਝੂਠੇ, ਕੁਰਾਨ ਦੇ ਨਾਲ ਕਤੇਬ ਨੇ। ਪੁਰਾਣਾਂ ਨੇ ਜੋ ਕੁਝ ਆਖਿਆ ਉਹ ਗਲਤ ਨਹੀਂ, ਉਹਨਾਂ ਤਾਂ ਤੈਨੂੰ ਇਹ ਆਖਿਆ ਰੱਬ ਸਾਰਿਆਂ ਵਿੱਚ ਵਸਦਾ। ਇੱਥੇ ਰੁਕਣਾ, ਗੱਲ ਗਲਤ ਨਹੀਂ, ਬਾਬਾ ਕਬੀਰ ਆਪਣੀ ਗੱਲ ਨੂੰ ਬਦਲਣ ਵੀ ਨਹੀਂ ਰਹੇ। ਕਹਿੰਦੇ ਨੇ ਭਲਿਆ ਮੈਂ ਇੱਕ ਗੱਲ ਸਮਝਾਵਾਂ, ਵੇਦਾਂ ਨੇ ਵੀ ਆਖਿਆ ਵੀ ਭਗਵਾਨ ਸਾਰਿਆਂ ਵਿੱਚ, ਅੱਲਾਹ ਤਾਲਾ ਨੇ ਕਤੇਬ ਕੁਰਾਨ ਵਿੱਚ ਵੀ ਆਖਿਆ ਖੁਦਾ ਸਾਰਿਆਂ ਵਿੱਚ, ਉਹ ਵੀ ਕਹਿੰਦਾ, ਉਹ ਵੀ ਕਹਿੰਦਾ। ਲੈ ਹੁਣ ਮੈਂ ਤੇਰੇ ਤੇ ਸਵਾਲ ਕਰਨਾ, ਬਾਬਾ ਕਬੀਰ ਕਹਿੰਦੇ ਨੇ ਮੁੱਲਾ ਮੈਂ ਤੇਰੇ ਤੇ ਸਵਾਲ ਕਰਨਾ, ਤੂੰ ਖੁਦਾ ਦਾ ਨਿਆਂ ਦੱਸ। ਚਲੋ ਮੈਂ ਵੇਦਾਂ ਦੀ ਗੱਲ ਤਾਂ ਬ੍ਰਾਹਮਣਾਂ ਨਾਲ ਕਰਾਂ, ਤੂੰ ਖੁਦਾ ਦਾ ਜਿਹੜਾ ਇਨਸਾਫ ਹੈ, ਕਿਉਂਕਿ ਖੁਦਾ ਦੇ ਘਰ ਦੀਆਂ ਗੱਲਾਂ ਜਾਣਨ ਲਈ ਜਦੋਂ ਗੁਰੂ ਨਾਨਕ ਵੀ ਗਏ ਨੇ, ਉਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਖਿਆ ਪੁੱਛਣ ਗੱਲ ਇਮਾਨ ਦੀ, ਕਾਜ਼ੀ ਮੁੱਲਾ ਕੋਲ ਇਕੱਠੇ ਹੋਏ, ਵੱਡਾ ਸਾਂਗ ਵਰਤਿਆ ਲੱਖ ਨਾ ਸਕੇ ਕੁਦਰਤ ਕੋਈ, ਪੁੱਛਣ ਖੋਲ ਕਿਤਾਬ ਨੂੰ ਵੱਡਾ ਹਿੰਦੂ ਕੇ ਮੁਸਲਮਾਨ ਹੋਈ। ਸਵਾਲ ਤਾਂ ਖੁਦਾ ਦੇ ਘਰ ਦੀਆਂ ਗੱਲਾਂ, ਖੁਦਾ ਦੇ ਘਰ ਦੀ ਇਨਸਾਫ ਦੀ ਗੱਲ ਹਰ ਕੋਈ ਜਾਣਨਾ ਚਾਹੁੰਦਾ। ਬਾਬਾ ਕਬੀਰ ਨੇ ਮੁੱਲਾਂ ਨੂੰ ਵੀ ਇਹੋ ਗੱਲ ਆਖੀ, ਕਹਿਣ ਲੱਗੇ ਤੂੰ ਗੱਲ ਖੁਦਾ ਦੀ ਕਰ ਰਹੇ, ਲੈ ਮੈਨੂੰ ਖੁਦਾ ਦਾ ਨਿਆਂ ਜਿਹੜਾ ਤੂੰ ਸਮਝੇ ਉਹ ਮੈਨੂੰ ਦੱਸ। ਕੀ
ਪਰ ਮੈਂ ਦੇਖਦਾ ਕੀ ਹਾਂ ਆਪਣਾ ਹੀ ਭਰਮ ਨਹੀਂ ਮਿਟਿਆ, ਤੂੰ ਅਜੇ ਭੁਲੇਖੇ ਵਿੱਚ ਹੈ, ਤੂੰ ਗਲਤੀ ਕਰ ਰਿਹਾ, ਜੋ ਕੁਝ ਕਰ ਰਿਹਾ ਉਹਨੂੰ ਸਮਝ ਨਹੀਂ ਰਿਹਾ, ਜੋ ਕੁਝ ਕਰ ਰਿਹਾ ਉਹਨੂੰ ਵਿਚਾਰ ਨਹੀਂ ਰਿਹਾ, ਤੂੰ ਕਦੇ ਕੁਰਾਨ ਪੜ੍ਹਨਾ ਪਰ ਵਿਚਾਰਦਾ ਨਹੀਂ, ਵੇਦ ਕਤੇ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰ, ਉਹ ਝੂਠੇ ਨਹੀਂ ਝੂਠਾ ਤੂੰ ਹੈ ਕਿਉਂਕਿ ਤੂੰ ਉਹਦੀ ਵਿਚਾਰ ਨਹੀਂ ਕੀਤੀ, ਬਾਣੀ ਦੀ ਕੋਈ ਵਿਚਾਰ ਨਾ ਕਰੇ ਆਪਣੀ ਗੁਰਮਤ ਬਣਾ ਲੈ। ਇਹੋ ਗੱਲ ਬਾਬਾ ਕਵੀ ਰੱਖ ਰਹੇ ਕਹਿੰਦੇ ਨੇ ਤੂੰ ਕਹਿਣਾ ਹੈ ਰੱਬ ਖੁਦਾ ਸਾਰਿਆਂ ਵਿੱਚ ਵਸਦਾ ਹੈ ਤੇ ਤੇਰੀ ਗੱਲ ਠੀਕ ਹੈ, ਖੁਦਾ ਵੰਦ ਕੁਰਾਨ ਵਿੱਚ ਵੀ ਇਹੋ ਲਿਖਿਆ। ਦੇਖੋ ਕਿੱਡਾ ਸੰਕੀਰਨ ਜਿਹਾ ਸਵਾਲ ਹੈ, ਤੂੰ ਕਹਿਣਾ ਹੈ ਖੁਦਾ ਸਾਰਿਆਂ ਵਿੱਚ ਵਸਦਾ ਹੈ, ਇਹੋ ਗੱਲ ਕੁਰਾਨ ਕਹਿੰਦਾ। ਤੇ ਨਾਲ ਹੀ ਬਾਬਾ ਕਬੀਰ ਕਹਿੰਦੇ ਨੇ ਜੇ ਭਲਾ ਖੁਦਾ ਸਾਰਿਆਂ ਵਿੱਚ ਵਸਦਾ ਤਾਂ ਮੁਰਗੀ ਕਿਉਂ ਮਾਰਦਾ, ਉਹਦੇ ਵਿੱਚ ਖੁਦਾ ਨੇ ਇੱਕ ਸਵਾਲ ਹੈ ਉਹਦੇ ਵਿੱਚ ਖੁਦਾ ਨੇ, ਤੇ ਜੇ ਉਹਦੇ ਵਿੱਚ ਵੀ ਅੱਲਾ ਹੈ ਤੇ ਫਿਰ ਤੂੰ ਅੱਲਾ ਦੀ ਬਲੀ ਦੇ ਕੇ ਅੱਲਾ ਦੇ ਸਾਹਮਣੇ ਭੇਟ ਕਰ ਰਿਹਾ, ਕਿੰਨੀ ਅਜੀਬ ਗੱਲ ਹੈ, ਅੱਲਾ ਦੀ ਬਲੀ ਦੇ ਰਿਹਾ ਅੱਲਾ ਲਈ, ਅੱਲਾ ਉਹਦੇ ਵਿੱਚ ਵੀ ਹੈ। ਸਵਾਲ ਬੜਾ ਡੀਪਲੀ ਹੈ, ਕਹਿਣ ਲੱਗੇ ਉਹਦੇ ਵਿੱਚ ਵੀ ਅੱਲਾ ਕੋ ਆਪ ਕਹਿ ਰਹੇ, ਜੋ ਸਮੇ ਖੁਦਾਏ ਕਹਿ ਤੋ, ਜੇ ਖੁਦਾ ਸਾਰਿਆਂ ਵਿੱਚ ਹੈ ਤਾਂ ਕਿਸ ਖੁਦਾ ਲਈ ਇੱਕ ਖੁਦਾ ਦੀ ਬਲੀ ਪਿਆ ਦੇਣਾ, ਪਹਿਲਾ ਸਵਾਲ। ਵੇਦ ਕਥੇ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰ, ਜੋ ਸਭ ਮੈਂ ਇੱਕ ਖੁਦਾਏ ਕਹਿਤ ਹੋ, ਜੋ ਸਭ ਮੈਂ ਇੱਕ ਖੁਦਾਏ ਕਹਿਤ ਹੋ, ਤੋ ਕਿਉਂ ਮੁਰਗੀ ਮਾਰੇ, ਤੂੰ ਵਿਚਾਰ ਨਾ ਕਰਨ ਕਰਕੇ ਸੱਚਾਈ ਨੂੰ ਜਾਣ ਨਹੀਂ ਸਕਿਆ। ਲੋ ਹੁਣ ਸਮਝਾਉਂਦੇ ਨੇ ਉਸ ਗੱਲ ਨੂੰ ਜਿਹੜੀ ਪਹਿਲਾਂ ਆਖੀ ਨੇ, ਜਿਹੜੀ ਇਹ ਆਖੀ ਨੇ ਕਿ ਤੂੰ ਕਹਿ ਰਿਹਾ, ਤੂੰ ਕਰ ਰਿਹਾ, ਕਿਉਂਕਿ ਇਹ ਉਹਦੇ ਸੰਬੰਧ ਵਿੱਚ ਹੈ ਨਾ, ਜੋ ਇਹ ਸਭ ਮੈਂ ਖੁਦਾਏ ਕਹਿ ਤੋ ਤੋ ਕਿਉਂ ਮੁਰਗੀ ਮਾਰੀ, ਉਹਦੇ ਨਾਲ ਗੱਲ ਕਰ ਰਹੇ ਨੇ। ਹੁਣ ਕਹਿੰਦੇ ਨੇ ਮੈਂ ਤੈਨੂੰ ਸਮਝਾਉਣਾ ਚਾਹੁੰਦਾ ਭਰਮ ਕੀ ਹੈ, ਜਿਹੜਾ ਕੁਝ ਤੂੰ ਕਰ ਰਿਹਾ ਭਰਮ ਭੁਲੇਖੇ ਵਿੱਚ ਕਿਵੇਂ ਕਰ ਰਿਹਾ। ਕਹਿੰਦੇ ਨੇ ਪਕੜੇ ਜੀਓ ਅਨਿਆ, ਕੰਮ ਤੇ ਸਾਰਾ ਖੁਦਾ ਦੇ ਰਸਤੇ ਤੇ ਚੱਲਣ ਦਾ, ਅੱਲਾ ਪਾਕ ਨੂੰ ਖੁਸ਼ ਕਰਨ ਦਾ, ਉਸ ਉਹ ਪਾਕ ਪਵਿੱਤਰ ਪ੍ਰਭੂ ਨੂੰ ਜਾਣ ਕੇ, ਉਹਨੂੰ ਪਛਾਣ ਕੇ, ਉਹਦੇ ਨਾਲ ਸੰਬੰਧ ਕਾਇਮ ਕਰਕੇ, ਆਪਣੇ ਆਪ ਨੂੰ ਪਵਿੱਤਰ ਕਰਕੇ ਬੇਸ਼ ਦੀ ਥਾਂ ਬਣਾਉਣ ਦਾ। ਕਹਿਣ ਲੱਗੇ ਮੈਂ ਸਵਾਲ ਕਰਨਾ ਤੇਰੇ ਤੇ, ਮੁਰਗੀ ਜਾਂ ਕੋਈ ਵੀ ਜੀਵ ਜਿਉਂਦੀ ਬਲੀ ਦੇਣੀ ਉਹਨੂੰ ਪਕੜ ਕੇ ਲੈ ਆਉਂਦਾ। ਹੁਣ ਸਵਾਲ ਕਰਦੇ ਨੇ ਬਾਬਾ ਕਬੀਰ, ਉਹ ਪਹਿਲੀ ਤਾਂ ਕਿ ਮੁਰਗੀ ਮਾਰੇ ਦਾ ਲਫ਼ਜ਼ ਜਿਹੜਾ ਉਹਦੇ ਤੇ ਕਿ ਤੂੰ ਇਹ ਕੰਮ ਕਰਨਾ। ਹੁਣ ਬਾਬਾ ਕਬੀਰ ਸਮਝਾਉਂਦੇ ਨੇ ਵੀ ਸਮਝ ਲੈ ਤੂੰ ਕੀ ਕਰ ਰਿਹਾ। ਕਹਿਣ ਲੱਗੇ ਜੀਵ ਫੜ ਕੇ ਲੈ ਜਾਂਦਾ, ਪਕੜ ਜੀਵ ਆਉਂਦੇ ਆ, ਦੇਹ ਬਿਨਾਸੀ ਤੂੰ ਉਹਦੇ ਸਰੀਰ ਨੂੰ ਕਤਲ ਕਰ ਦਿੰਦਾ। ਤੈਨੂੰ ਇਹ ਪਤਾ ਕਿ ਮਾਟੀ ਕੋ ਬਿਸਮਲ ਕੀ ਆ, ਤੂੰ ਤਾਂ ਮਿੱਟੀ ਨੂੰ ਟੁਕੜੇ ਕੀਤਾ, ਜਿਹੜਾ ਅੱਲਾ ਸੀ ਉਹ ਤਾਂ ਜੋਤ ਰੂਪ ਹੈ। ਲਓ ਇੱਥੋਂ ਉਸ ਗੱਲ ਦਾ ਜਵਾਬ ਬਣੇਗਾ ਬਾਬਾ ਕਬੀਰ ਜੀ ਦਾ।
ਉਹ ਭਰਿਆ ਤੂੰ ਤਾਂ ਮਿੱਟੀ ਨੂੰ ਬਿਸਮਲ ਕੀਤਾ ਸਰੀਰ ਤਾਂ ਮਿੱਟੀ ਪਕੜ ਜੀਵ ਆਣਿਆ ਦੇ ਬਿਨਾਸੀ ਮਾਟੀ ਕੋ ਬਿਸਮਲ ਕੀਆ ਤੂੰ ਬਲੀ ਕਿਸੇ ਦੇ ਦੇ ਰਿਹਾ ਜੀਵ ਦੀ ਤਾਂ ਬਲੀ ਹੋ ਨਹੀਂ ਸਕਦੀ ਕਿਉਂਕਿ ਜੀਵ ਮਰਦਾ ਹੀ ਨਹੀਂ ਲੋਕ ਇੱਥੇ ਬਾਬਾ ਕਬੀਰ ਕਹਿੰਦੇ ਜੇ ਉਹ ਅੱਲਾ ਦਾ ਰੂਪ ਹੈ ਤਾਂ ਜੀਵ ਮਰ ਨਹੀਂ ਸਕਦਾ ਕਿਉਂਕਿ ਅੱਲਾ ਮਰਦਾ ਨਹੀਂ ਕੀ ਤੂੰ ਅੱਲਾ ਨੂੰ ਕਤਲ ਕਰ ਸਕਦਾ ਤੇ ਜਿਹੜਾ ਜੀਵ ਹੈ ਅੰਦਰ ਉਹ ਅੱਲਾ ਦਾ ਰੂਪ ਹੈ ਬਾਬਾ ਕਬੀਰ ਜੀ ਦੇ ਥਾਂ ਤੇ ਬੜੇ ਖੂਬਸੂਰਤ ਲਫ਼ਜ਼ ਕਹੇ ਕਹਿਣ ਲੱਗੇ ਮੈਂ ਅੰਦਰ ਜਦੋਂ ਚਾਹਤ ਮਰਨਾ ਜੀਓ ਪੀਓ ਬੂਝੇ ਨਹੀਂ ਘੱਟ ਮੈਂ ਜੀਓ ਕੇ ਪੀਓ ਮੈਨੂੰ ਪਤਾ ਹੀ ਨਹੀਂ ਲੱਗਦਾ ਮੇਰੇ ਅੰਦਰ ਰੱਬ ਹੈ ਕਿ ਮੇਰਾ ਜੀਵ ਹੈ ਕਿਉਂਕਿ ਦੋਨੋਂ ਇੱਕੋ ਹੀ ਨੇ ਕਹੋ ਕਬੀਰ ਹਮ ਰਾਮ ਕੀ ਅੰਸ਼ ਇਹ ਤਾਂ ਅੰਦਰ ਜੇ ਅੱਲਾ ਹੈ ਤੇ ਅੱਲਾ ਤਾਂ ਬਣਦਾ ਨਹੀਂ ਉਹ ਜੇ ਅੰਦਰ ਕਹਿਣਾ ਤਾਂ ਸਭ ਮੈਂ ਖੁਦਾਏ ਕਹਿ ਤੋ ਕਹਿਣ ਲੱਗੇ ਜੇ ਖੁਦਾ ਅੰਦਰ ਹੈ ਤੇ ਉਹ ਜੀਵ ਰੂਪ ਬਣ ਕੇ ਬੈਠਾ ਹੈ ਤੇ ਜੀਵ ਤਾਂ ਮਰਦਾ ਨਹੀਂ ਤੂੰ ਤਾਂ ਮਿੱਟੀ ਨੂੰ ਬਿਸਮਲ ਕਰ ਰਿਹਾ ਪਕੜ ਜੀਵ ਆਣਿਆ ਦੇ ਬਿਨਾਸੀ ਮਾਟੀ ਕੋ ਬਿਸਮਲ ਕੀਆ ਜੋਤ ਸਰੂਪ ਅਨਾਹਤ ਲਾਗੀ ਜਿਹੜਾ ਅੰਦਰ ਜੋਤ ਸਰੂਪ ਅੱਲਾ ਉਹ ਤਾਂ ਅਨਾਹਤ ਹੈ ਅਨਾਹਤ ਦਾ ਮਤਲਬ ਹੁੰਦਾ ਨਾ ਹੱਤਿਆ ਜਿੰਦੀ ਹੋਵੇ ਅਨਾਹਤ ਉਹਨੂੰ ਕਹਿੰਦੇ ਨੇ ਜਿੰਦੀ ਹੱਤਿਆ ਨਾ ਹੋਵੇ ਜਿਹਨੂੰ ਮਾਰਿਆ ਨਾ ਜਾ ਸਕੇ ਜਿਹੜਾ ਖਤਮ ਨਾ ਹੋਵੇ ਜੀਉ ਦੀ ਬਲੀ ਤੂੰ ਦੇ ਨਹੀਂ ਸਕਿਆ ਜੀਉ ਮਰਦਾ ਨਹੀਂ ਤੂੰ ਮਾਰਿਆ ਕਿਹਨੂੰ ਇਹ ਸਾਰੀ ਗੱਲ ਬਾਬਾ ਕਬੀਰ ਕਹਿੰਦੇ ਤੂੰ ਸਮਝ ਨਹੀਂ ਰਿਹਾ ਤੂੰ ਸਮਝਦਾ ਵੀ ਮੈਂ ਇਹਦਾ ਸਰੀਰ ਇਹਦੀ ਮਿੱਟੀ ਨੂੰ ਬਿਸਮਲ ਕਰਕੇ ਹਲਾਲ ਬਣਾ ਲਿਆ ਬਸ ਇਸੇ ਵਿੱਚ ਰੱਬ ਰਾਜ਼ੀ ਹੈ ਬਾਬਾ ਕਬੀਰ ਕਹਿੰਦੇ ਪਕੜ ਜੀਓ ਆਨਿਆ ਦੇ ਬਿਨਾਸੀ ਮਾਟੀ ਕੋ ਬਿਸਮਲ ਕੀਆ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਸਾਧੋ ਇਹ ਤਨ ਮਿੱਥਿਆ ਜਾਣੋ ਇਹ ਤਾਂ ਮਿੱਟੀ ਹੈ ਇਹ ਟੁੱਟ ਜਾਏ ਬਣ ਜਾਏ ਇਹਦਾ ਖਿਆਲ ਹੀ ਨਾ ਕਰੀ ਇਹਦੇ ਨਾਲ ਮੋਹ ਹੀ ਨਾ ਪਾਈ ਮਿੱਟੀ ਤਾਂ ਮਿੱਟੀ ਹੈ ਸਾਧੋ ਇਹ ਤਨ ਮਿੱਥਿਆ ਜਾਣੋ ਹਾਂ ਯਾ ਭੀਤਰ ਜੋ ਰਾਮ ਵਸਦਾ ਹੈ ਸਾਚੋ ਤਾਂ ਹੈ ਪਛਾਣੋ ਅੰਦਰ ਤਨ ਨੇ ਰੱਬ ਨਹੀਂ ਹੋ ਜਾਣਾ ਤਨ ਨੇ ਖੁਦਾ ਨਹੀਂ ਹੋ ਜਾਣਾ ਉਹ ਤਾਂ ਮਿੱਥਿਆ ਤੇ ਫਿਰ ਤਾਂ ਰੱਬ ਮਿੱਥਿਆ ਹੋ ਜਾਏਗਾ ਜੇ ਤਨ ਹੀ ਖੁਦਾ ਹੋਵੇ ਤੇ ਤਨ ਨੂੰ ਖਾਣ ਤੇ ਤਨ ਨੂੰ ਬਣਾਉਣ ਵਾਲਾ ਤੇ ਤਨ ਨੂੰ ਕਤਲ ਕਰਨ ਵਾਲਾ ਖੁਦਾ ਨੂੰ ਕਤਲ ਕਰ ਪਵੇ ਤਾਂ ਫਿਰ ਪਰਿਭਾਸ਼ਾ ਹੀ ਸਾਰੀ ਬਦਲ ਜਾਏਗੀ ਰੱਬ ਦੀ ਗੱਲ ਨੂੰ ਬਾਬਾ ਕਬੀਰ ਕਹਿੰਦੇ ਤੈਨੂੰ ਭਰਮ ਦਿੱਤਾ ਤੇਰਾ ਨਿਬੜਿਆ ਨਹੀਂ ਤੂੰ ਤਾਂ ਭਰਮਾਂ ਵਿੱਚ ਹੈ ਤੈਨੂੰ ਪਤਾ ਹੀ ਨਹੀਂ ਕਿ ਤੂੰ ਕੀ ਕਰ ਰਿਹਾ ਤੂੰ ਸਮਝਣਾ ਕਿ ਖੌਰੇ ਮੈਂ ਮਾਟੀ ਨੂੰ ਬਿਸਮਲ ਕਰਕੇ ਮਿੱਟੀ ਨੂੰ ਟੁਕੜੇ ਕਰਕੇ ਖੁਦਾ ਨੂੰ ਪ੍ਰਸੰਨ ਕਰ ਲਵਾਂਗਾ ਉਸ ਰੱਬ ਦਾ ਮਿੱਟੀ ਨਾਲ ਕੋਈ ਪਿਆਰ ਨਹੀਂ ਉਸ ਮਾਟੀ ਨਾਲ ਬਾਬਾ ਕਬੀਰ ਜੀ ਦੇ ਸ਼ਬਦ ਇੱਕ ਨੇ ਅਨੇਕਾਂ ਨੇ ਮਾਟੀ ਏਕ ਅਨੇਕ ਭਾਂਤ ਕਰ ਸਾਂਝੀ ਸਾਜਨ ਹਾਰੇ ਨਾ ਕਿਛ ਪੋਚ ਮਾਟੀ ਕੇ ਭਾਂਡੇ ਨਾ ਕਿਛ ਪੋਚ ਕੁਮਾਰੇ ਕੋਈ ਸੰਬੰਧ ਨਹੀਂ ਉਹ ਤਾਂ ਭਾਂਡੇ ਖੜਕਾ ਤੋੜ ਦਿੰਦਾ ਹਾਂ ਇੱਕ ਭਾਂਡਾ ਤੇਰੇ ਕੋਲੋਂ ਤੋੜਵਾ ਲਿਆ ਭਾਂਡਾ ਟੁੱਟਿਆ
ਭਾਂਡਾ ਟੁੱਟਿਆ ਹੈ ਤੇਰੇ ਕੋਲੋਂ। ਹੁਣ ਇਹ ਜੇ ਭਾਂਡੇ ਬਣਾਏ ਟੁੱਟਣ ਵਾਸਤੇ, ਜਿੰਨੇ ਭਾਂਡੇ ਨੇ ਸਭ ਟੁੱਟਣ ਵਾਸਤੇ ਨੇ, ਇਹ ਵੀ ਭਾਂਡਾ ਟੁੱਟਿਆ। ਉਹਦੇ ਵਿੱਚ ਬੈਠੀ ਜੋਤ ਨਾ ਕਦੀ ਟੁੱਟੀ ਹੈ ਨਾ ਕਦੀ ਮਰੀ ਹੈ, ਉਹ ਕਦੀ ਖਤਮ ਹੋਊ ਤਾਂ ਅਨਾਹਤ ਹੈ। ਜੋਤ ਸਰੂਪ ਅਨਾਹਤ ਲੱਗੀ, ਕਹੋ ਹਲ ਹਲ ਕਿਆ ਹੋਊਗਾ? ਕਿਹੜੀ ਚੀਜ਼ ਦੀ ਤੂੰ ਬਲੀ ਦਿੱਤੀ ਹੈ? ਕਿਸ ਚੀਜ਼ ਨੂੰ ਆਖ ਰਿਹਾ ਮੇਰਾ ਰੱਬ, ਮੈਂ ਇਸ ਮਾਟੀ ਨੂੰ ਬਿਸਮਲ ਕਰਕੇ ਰੱਬ ਨੂੰ ਖੁਸ਼ ਕਰ ਲਵਾਂਗਾ? ਇਹ ਖੋਰੇ ਰੱਬ ਦੇ ਰਸਤੇ 'ਤੇ ਚੱਲਣ ਦਾ ਇੱਕ ਧਰਮ ਦਾ ਕਰਮ ਹੈ। ਤੂੰ ਬਲੀ ਨੂੰ ਧਰਮ ਦਾ ਕਰਮ ਬਣਾ ਰਿਹਾ, ਰੱਬ ਨੂੰ ਪ੍ਰਸੰਨ ਕਰਨ ਦਾ ਜ਼ਰੀਆ ਬਣਾ ਰਿਹਾ। ਕਹਿੰਦੇ ਇਹੋ ਹੀ ਤੇਰਾ ਭਰਮ ਹੈ, ਅਤੇ ਫਿਰ ਕਹਿਣ ਲੱਗੇ ਰੱਬ ਨੂੰ ਪ੍ਰਸੰਨ ਕਰਨ ਲਈ ਤੂੰ ਮੇਰਾ ਇਹ ਕੰਮ ਨਹੀਂ ਕਰਦਾ। ਅਗਲੀ ਲਾਈਨ ਵੀ ਨਾਲ ਨਾਲ ਦੇ ਰਹੇ ਨੇ, ਸਿਰਫ ਇਸ ਗੱਲ ਦੀ ਨਹੀਂ, ਅਗਲੀ ਲਾਈਨ ਵੀ ਦੇ ਰਹੇ ਨੇ ਕਹਿੰਦੇ ਮਸੀਤ ਸਿਰਨ ਆਇਆ ਕੀ ਹੈ? ਜੇ ਤੂੰ ਤਨ ਦੇ ਕੁਝ ਹਿੱਸੇ ਨੂੰ ਧੋ ਲਿਆ ਤੇ ਇਹਦੇ ਨਾਲ ਪਵਿੱਤਰ ਹੋ ਜਾਏਗਾ, ਪਾਪ ਹੋ ਜਾਏਗਾ? ਦੇਖੋ ਹਰ ਚੀਜ਼ ਨੂੰ ਤਨ ਦੀ ਨੂੰ ਸਪਸ਼ਟ ਕਰ ਰਹੇ ਨੇ ਕਿ ਸਾਰਾ ਕਰਮ ਕਾਂਡ ਜਿਹੜਾ ਹੈ ਇਹ ਤਨ ਨਾਲ ਤੂੰ ਰੱਬ ਨੂੰ ਰਜਾਣਾ ਚਾਹੁੰਦਾ। ਭਾਵੇਂ ਬਲੀ ਦੇ ਰਹੇ ਤਦ ਵੀ ਸਰੀਰ ਦੀ ਰੱਬ ਦੀ ਬਲੀ ਨਹੀਂ ਹੋ ਸਕੀ, ਜੀਉ ਦੀ ਬਲੀ ਨਹੀਂ ਹੋ ਸਕੀ। ਜੀਉ ਤਾਂ ਜੀਉ ਵਿੱਚ ਸਮਾ ਗਿਆ। ਇਸੇ ਲਈ ਬਾਬਾ ਕਬੀਰ ਜੀ ਦਾ ਇੱਕ ਥਾਵੇਂ ਸ਼ਬਦ ਹੈ ਜਿਹਦੇ ਕਹਿੰਦੇ ਨੇ ਲਫ਼ਜ਼ ਨੇ, ਪਵਨ ਨੇ ਮੈਂ ਪਵਨ ਸਮਾਇਆ, ਜੋਤੀ ਮਾਏ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਹੈ। ਰੋਵਣ ਹਰ ਇੱਕ ਕਵਨ ਤੇ, ਜਿਹੜਾ ਰੋ ਰਿਹਾ ਉਹ ਕਿਹਨੂੰ ਰੋ ਰਿਹਾ? ਮਿੱਟੀ ਨੂੰ? ਜੋਤ ਤਾਂ ਮਰੀ ਨਹੀਂ, ਜੋਤ ਤਾਂ ਜੋਤ ਵਿੱਚ ਸਮਾ ਗਈ। ਕਿੱਡੀਆਂ ਡੀਪ ਫਿਲੋਸਫੀ ਦੀ ਗੱਲਾਂ ਬਾਬਾ ਕਵੀ ਕਰ ਰਹੇ ਨੇ। ਕਹਿੰਦੇ ਨੇ ਮਿੱਟੀ ਤਾਂ ਮਿੱਟੀ ਵਿੱਚ ਰਹਿ ਗਈ, ਜੋਤ ਜੋਤ ਵਿੱਚ ਸਮਾ ਗਈ, ਪਵਨ ਪਵਨ ਵਿੱਚ ਸਮਾ ਗਈ। ਆਖਰ ਰੋਣ ਵਾਲਾ ਜਿਹੜਾ ਮਨੁੱਖ ਕਹਿੰਦਾ ਮੇਰਾ ਕੋਈ ਮਿੱਤਰ ਚਲਾ ਗਿਆ, ਉਹ ਕਿਸ ਚੀਜ਼ ਨੂੰ ਰੋ ਰਿਹਾ? ਕੀ ਮਿੱਟੀ ਨੂੰ? ਜੇ ਉਸ ਜੀਵ ਨੂੰ ਰੋ ਰਿਹਾ ਤਾਂ ਜੀਵ ਤਾਂ ਮਰਿਆ ਨਹੀਂ, ਉਹ ਤਾਂ ਜੋਤ ਵਿੱਚ ਜੋਤ ਸਮਾ ਗਈ। ਮਨੁੱਖ ਮਿੱਟੀ ਨਾਲ ਜੁੜ ਗਿਆ ਹੈ, ਇਹੋ ਕਾਰਨ ਬਾਬਾ ਕਬੀਰ ਮੁੱਲਾ ਨੂੰ ਸਮਝਾ ਰਹੇ ਨੇ, ਤੂੰ ਵੀ ਮਿੱਟੀ ਨਾਲ ਜੁੜ ਗਿਆ ਹੈ। ਮਿੱਟੀ ਨੂੰ ਬਿਸਮਲ ਕਰਕੇ ਤੂੰ ਕਹਿਣਾ ਰੱਬ ਨੂੰ ਖੁਸ਼ ਕਰ ਲਵਾਂਗਾ, ਇਹ ਮੇਰਾ ਧਰਮ ਕਰਮ ਹੋ ਗਿਆ। ਮਿੱਟੀ ਦੇ ਇਸ ਤਨ ਦਾ ਕੁਝ ਹਿੱਸਾ ਧੋ ਕੇ ਉਹਨੂੰ ਸਾਜ ਕੇ ਤੂੰ ਆਖਿਆ ਮੈਂ ਪਾਕ ਅਤੇ ਪਵਿੱਤਰ ਹੋ ਗਿਆ। ਮਿੱਟੀ ਦੇ ਇਸ ਸੀਸ ਨੂੰ ਕਿਸੇ ਮਸੀਤੇ ਜਾ ਕੇ ਸਿਰ ਝੁਕਾ ਕੇ ਨਮਸਕਾਰ ਕਰਕੇ ਤੂੰ ਸਮਝਦਾ ਮੈਂ ਰੱਬ ਨੂੰ ਪ੍ਰਸੰਨ ਕਰ ਲਿਆ। ਕਪਟ ਰੱਖ ਕੇ ਜੇ ਤੂੰ ਨਮਾਜ਼ਾਂ ਪੜ੍ਹੇ ਤੇ ਜੇ ਤੂੰ ਕਾਬੇ ਦੀ ਹਾਜ਼ਰੀ ਵੀ ਕਰਾਵੇਂ ਪਰ ਦਿਲੋਂ ਕਪਟ ਨਾ ਗੁਆਵੇਂ ਤੇ ਕਹਿਣ ਲੱਗੀ ਕੋਈ ਫਾਇਦਾ ਨਹੀਂ। ਦੇਖੋ ਸਾਰੀ ਚੀਜ਼ ਤਾਂ ਰਹਾਉ ਦੀ ਤੁਕ ਦੇ ਨਾਲ ਸੰਬੰਧਿਤ ਹੈ, ਜਿਹਦਾ ਮਤਲਬ ਹੈ ਮੁੱਲਾ ਕਹੋ ਨਿਓ ਖੁਦਾਈ ਤੇਰੇ ਮਨ ਕਾ ਭਰਮ ਨਾ ਜਾਈ। ਤੂੰ ਬਹੁਤ ਸਾਰੇ ਕੰਮ ਧਰਮ ਕਰਮ ਆਖ ਕੇ ਕਰ ਰਿਹਾ ਹੈ ਪਰ ਉਹ ਸਾਰੇ ਭਰਮ ਦੇ ਰੂਪ ਵਿੱਚ ਕਰ ਰਿਹਾ ਹੈ। ਕਹਿੰਦੇ ਨੇ ਧਰਮ ਦੇ ਨਾਮ ਥੱਲੇ ਮਿੱਟੀ ਦਾ ਸੀਸ ਝੁਕਾ ਕੇ
ਰੱਬ ਨੂੰ ਪ੍ਰਸੰਨ ਕਰਨਾ ਚਾਹੁੰਦਾ, ਮਿੱਟੀ ਵੀ ਕਦੀ ਪਵਿੱਤਰ ਹੋਈਏ, ਮਿੱਟੀ ਵੀ ਕਦੀ ਪਵਿੱਤਰ ਹੋਈਏ। ਕਹਿਣ ਲੱਗੇ ਤੂੰ ਉਸ ਪਵਿੱਤਰ ਪ੍ਰਭੂ ਨੂੰ ਨਹੀਂ ਜਾਣ ਸਕਿਆ। ਜਿੰਨੀ ਦੇਰ ਤੂੰ ਆਪਣੇ ਅੰਦਰ ਨੂੰ ਪਵਿੱਤਰ ਨਹੀਂ ਕਰਦਾ, ਜਿੰਨੀ ਦੇਰ ਤੂੰ ਉਸ ਮਾਲਕ ਦੇ ਦਿੱਤੇ ਹੋਏ ਦਿਲ ਜੀਵ ਦਾ ਜਿਹੜਾ ਉਹਦਾ ਹਿੱਸਾ ਹੈ ਉਹਨੂੰ ਪਵਿੱਤਰ ਨਹੀਂ ਕਰਦਾ, ਉਨੀ ਦੇਰ ਇਹਨਾਂ ਪਵਿੱਤਰਤਾਵਾਂ ਨਾਲ ਅਤੇ ਇਹਨਾਂ ਬਚਾਓ ਨਾਲ, ਇਸ ਮਿੱਟੀ ਦੇ ਮੋਹ ਨਾਲ ਤੂੰ ਸੰਸਾਰ ਦੇ ਅੰਦਰ ਉਸ ਪ੍ਰਭੂ ਨੂੰ ਨਹੀਂ ਪਾ ਸਕੇਗਾ। ਕਹਿੰਦੇ ਭੇਦ ਨਹੀਂ ਪਾਇਆ। ਕਹਿੰਦੇ ਇਹਨਾਂ ਭਰਮਾਂ ਨੂੰ ਧਰਮ ਬਣਾ ਕੇ ਜੀਵਨ ਗੁਜ਼ਾਰਨ ਵਾਲੇ ਹੈ ਮੁੱਲਾ, ਤੂੰ ਇਸ ਲਈ ਇਹ ਸਾਰੇ ਧਰਮ ਕਰ ਰਿਹਾ ਕਿ ਜੇ ਮੈਂ ਬਲੀ ਦਿਆਂਗਾ, ਜੇ ਮੈਂ ਉਜੂ ਸਾਜ ਕੇ ਨਿਵਾਜ਼ਾਂ ਪੜਾਂਗਾ, ਜੇ ਮੈਂ ਕਾਬੇ ਦੀ ਹਜ ਕਰਨ ਜਾਵਾਂਗਾ, ਤੇ ਉਹ ਪਾਕ ਪਵਿੱਤਰ ਪ੍ਰਭੂ ਮੈਨੂੰ ਪਵਿੱਤਰ ਜਾਣ ਕੇ ਬਹਿਸ਼ਤ ਵਿੱਚ ਨਿਵਾਸ ਦੇਵੇਗਾ। ਬਾਬਾ ਕਬੀਰ ਕਹਿੰਦੇ ਹੈ ਮੁੱਲਾ ਤੇਰੇ ਇਸ ਭਰਮ ਨੇ ਮੈਨੂੰ ਵਿਸ਼ਵਾਸ ਵਿੱਚ ਲਿਆਉਂਦਾ ਵੀ ਤੂੰ ਨਾਪਾਕ ਹੈ, ਪਾਪ ਨੂੰ ਤੂੰ ਸਮਝ ਨਹੀਂ ਸਕਿਆ, ਨਾ ਉਹਦਾ ਭੇਤ ਜਾਣ ਸਕਿਆ, ਇਸ ਲਈ ਇਉਂ ਦਿਸਦਾ ਹੈ ਮਾਨੋ ਤੂੰ ਤਾਂ ਆਪਣੇ ਆਪ ਨੂੰ ਦੋਜ਼ਖ ਵਿੱਚ ਪਾਉਣ ਦਾ ਦਰਵਾਜ਼ਾ ਖੋਲ੍ਹ ਲਿਆ, ਤੇਰਾ ਮਨ ਬਹਿਸ਼ਤ ਵਾਲੇ ਪਾਸੇ ਗਿਆ ਹੀ ਨਹੀਂ। ਫੈਸਲਾ ਦਿੰਦੇ ਨੇ ਬਾਬਾ ਕਬੀਰ ਕਹਿੰਦੇ ਨੇ ਕਰਾ ਕੇ ਧਰਮ ਸਮਝ ਕੇ ਕਰੀ ਜਾਣਾ, ਇਸ ਚੀਜ਼ ਦਾ ਖੰਡਨ ਕੀਤਾ ਹੈ ਬਾਬਾ ਕਬੀਰ ਨੇ। ਉਸ ਧਰਮ ਨਾਮ ਥੱਲੇ ਕਰਮ ਕਾਂਡ ਕੀਤਾ ਹੋਇਆ ਜਿਹੜਾ ਨਿਯਮ ਹੈ ਉਹਦੇ ਵਿੱਚ ਹੀ ਵਜੂ ਸਾਜਣਾ, ਉਹਦੇ ਵਿੱਚ ਹੀ ਨਮਾਜ਼ਾਂ ਪੜ੍ਹਨੀਆਂ ਨੇ, ਉਹਦੇ ਵਿੱਚ ਹੀ ਮਸੀਤੇ ਜਾਣਾ, ਕਾਬੇ ਦੀ ਹੱਜ ਕਰਨੀ ਹੈ, ਉਸ ਵਿੱਚ ਹੀ ਜੀਵਾਂ ਦੀ ਬਲੀ ਦੇਣੀ ਹੈ। ਕਹਿਣ ਲੱਗੇ ਧਰਮ ਨਾਮ ਥੱਲੇ ਰੱਬ ਨਾਲ ਇਹਨਾਂ ਚੀਜ਼ਾਂ ਨੂੰ ਸੰਬੰਧਿਤ ਨਾ ਕਰ, ਇਹ ਤੇਰਾ ਭਰਮ ਹੈ। ਬੜਾ ਸਪਸ਼ਟ ਕੀਤਾ ਨੇ ਬਾਕੀ ਸਾਰੀਆਂ ਉਦਾਹਰਨਾਂ ਦੇ ਕੇ ਇਹਨਾਂ ਸ਼ਬਦਾਂ ਨਾਲ ਕਿ ਮਾਤਾ ਜਾ ਚੱਕਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ।